ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਹੋਰ ਕੀ ਹਾਲ ਚਾਲ ਆ ਜੀ ਸਾਰਿਆਂ ਦੇ? ਅੱਜ ਖਾਦ ਪਾਈ ਜਾਂਦੇ ਹਾਂ 110 ਝੋਨੇ ਨੂੰ, ਅੱਜ ਤੀਜੀ ਖਾਦ ਪੈਣ ਦੀ ਆ ਜੀ। ਨਾਲ ਆਪਾਂ ਪਾ ਤਾ ਉਪਰੋਨਿਲ ਦਵਾਈ ਪਾ ਦਿੱਤੀ ਆ, ਨਾਲ ਸਲਫਰ ਪਾ ਤਾ ਜੀ 3-3 ਕਿਲੋ ਕਿੱਲੇ ਦਾ, ਨਾਲ 4-4 ਕਿਲੋ ਫਿਪਰੋਨਿਲ। ਦੋ ਚੀਜ਼ਾਂ ਮਿਕਸ ਕਰਕੇ ਫਿਰ ਪਾਵਾਂਗੇ, ਨਾਲੇ ਝੋਨਾ ਵਧੀਆ ਬਣਜੂ। ਕੁਛ ਝੋਨਿਆਂ ਦੇ ਹਾਲਾਤ ਐਤਕੀ ਮਾੜੇ ਆ, ਗਰਮੀ ਦੇ ਬਹੁਤ ਜ਼ਿਆਦੀ ਐਤਕੀ। ਮੈਂ ਦੇਖਦਾ ਹਟਿਆ ਪੱਤਾ ਲਵੇੜਾ, ਉਹਦੇ ਪੜਤੇ ਉਹਦੇ ਪੱਤਾ ਲਵੇੜਾ, ਉਹਦੇ ਪੱਤਾ ਆਦੇ ਸਾਹਮਣੇ ਕਿੱਦਾਂ ਖੋਲਦੇ ਆਦੇ, ਪੂਰਾ ਚਿੱਟਾ ਕੀਤਾ ਉਹਦੇ ਆਹਦੇ ਆਹਦੇ ਗਾਂਹ ਨੂੰ ਦੇਖ ਇੱਧਰ ਆਹਦੇ, ਹੱਸ ਦੱਸਦਾ ਹੋਰ ਗਾਂਹ ਜਾ ਪਰੇ ਨੂੰ ਪਰੇ ਪਰੇ ਪਰਲਾ 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 ਹੋਰ ਹੱਥ ਦੇ ਹੱਥ ਲੈ ਪਰਲਾ ਪਰਲਾ ਆਹਦੇ ਹੱਥ ਰੱਖਦੇ ਪਰਲੇ ਬੰਨੇ ਵਾਲਾ ਹਾਦੇ ਹਾ ਹਾਦੇ ਹਾ ਤੋੜ ਕੇ ਲਿਆ ਤੋੜ ਕੇ ਲਿਆ ਥੱਲੇ ਖਿੱਚ ਖਿੱਚ ਕੇ ਲਿਆ ਉਰੇ ਉਰੇ ਲਿਆ ਮੇਰੇ ਕੋਲ ਆ ਮੈਨੂੰ ਦੇ ਮੈਨੂੰ ਦੇ ਮੈਨੂੰ ਖੋਲ ਖੋਲ ਹੌਲੀ ਹੌਲੀ ਖੋਲੀ ਹੌਲੀ ਹੌਲੀ ਹਾਂ ਖੋਲ 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 ਇੱਥੋਂ ਪਾੜਨਾ ਪਾੜਦਾ ਤੁਰੇ ਜਾਣਾ ਪਏ ਉਹਨੇ ਹਾਂ ਪਾੜੇ ਤੋਂ ਪੱਤਾ ਖਿੱਚ ਹੌਲੀ ਹੌਲੀ ਖਿੱਚ ਖਿੱਚ ਆਰਾਮ ਨਾਲ ਦੇਖੀ ਸੁੰਡੀ 'ਚ ਹੋਊਗੀ ਹੈਗੀ ਨਾ ਸੁੰਡੀ ਮਰ ਗਈ ਆ ਦੇਖੋ ਸੁੰਡੀ ਗਲ ਗਈ ਇਹ ਕਹਿੰਦਾ ਮਰ ਗਈ ਸੁੰਡੀ ਗਰਮੀ ਆ ਗਰਮੀ ਨਾਲ ਤਾਂ ਪੈਦਾ ਹੁੰਦੀ ਆ ਮਰ ਪਹਿਲੋਂ ਗਈ ਹੈ ਗਰਮੀ ਨਾਲ ਤਾਂ ਪੈਦਾ ਹੁੰਦੀ ਆ ਇਹ ਤਾਂ ਹੋਰ ਤੋੜ ਕੇ ਲਿਆ ਕਿੱਦਾਂ ਬੰਨੇ ਬੰਨੇ ਕਿਤੇ ਕਿਤੇ ਆ ਨਹੀਂ ਨਹੀਂ ਹਾਂ ਸਹੀ ਆ ਇਹ ਮਰ ਪਏਗਾ ਪਹਿਲੇ ਮੀਂਹ ਤੋਂ ਪਹਿਲੋਂ ਪਈ ਹੋਣੀ ਫਿਰ ਗਰਮੀ ਨਾਲ ਭਰਾਵਾ ਇਹ ਨਹੀਂ ਮਰਦੀ ਉਹ ਜ਼ਿਆਦਾ ਅਟੈਕ ਹੋ ਕਰੂਗੀ ਤਾਂ ਫਿਰ ਆਪਾਂ ਇਹਨੂੰ ਕਰਾਂਗੇ ਇਹਦਾ ਹੱਲ ਹੋਰ ਫਿਰ ਸਪਰੇ ਹੋਣੀ ਹੋਰ ਹਾਲੇ ਦਾ ਕਿ ਫਿਰ ਸਪਰੇ ਅਟਕਾ ਦਾਂਗੇ ਬਸ ਇਹ ਤਾਂ ਗੋਬ ਦੀ ਸੁੰਡੀ ਲਈ ਪਾਈ ਆ ਦਵਾਈ ਗੋਬ ਦੀ ਸੁੰਡੀ ਦਾ ਵੀ ਅਟੈਕ ਬਹੁਤ ਹੁੰਦੇ ਆ ਨਾ ਗਰਮੀ ਕਰਕੇ ਗੋਬ ਦੀ ਸੁੰਡੀ ਪੈਣੀ ਹੀ ਪੈਣੀ ਆ ਤਾਂ ਕਰਕੇ ਪਾਤੀ ਚੱਲ ਉਹ ਤੋਂ ਬਚਾ ਰਹੂਗਾ ਚੱਲ ਠੀਕ ਆ ਤਾਂ ਹੀ ਕਰਕੇ ਉਹ ਨਹੀਂ ਪਾਈ ਦੂਜੀ ਕਾਰ ਟੱਪ ਭਰਾਵਾ ਮੈਨੂੰ ਤਾਂ ਲੜਦੀ ਆ ਬੰਦਿਆਂ ਦੇ ਮੈਂ ਕਿਹਾ ਤੂੰ ਰਹਿਣ ਦੇ ਵੀ ਨਹੀਂ ਪਾਉਣੀ ਉਹ ਮੈਂ ਕਿਹਾ ਤੂੰ ਉਹੀ ਦੇ ਆਪਾਂ ਨੂੰ ਉਹੀ ਠੀਕ ਆ ਉੱਥੇ ਸਭ ਪੱਤਾ ਲਵੇਟ ਪਊਗੀ ਸੁੰਡੀ ਸਪਰੇ ਕਰਾ ਦਾਂਗੇ ਕਿਉਂ ਵੀ ਭਰਦਾ ਯਾਰ ਰੱਬ ਐਤਕੀ ਮੀਂਹ ਨਹੀਂ ਪਾਉਣ ਦਿਆ ਐਤਕੀ ਕੀ ਹੋਇਆ ਦੇਖ ਕਿੰਨਾ ਬੱਦਲ ਆ ਘੁਸ ਮੁਸ ਆਇਆ ਗਰਮੀ ਤੋਂ ਟੂ ਮੱਚ ਹੋਈ ਬਹੁਤ ਜ਼ਿਆਦਾ ਗਰਮੀ ਹੋਈ ਪਈ ਆ ਮੈਂ ਕਹਿੰਦਾ ਬੁਰਾ ਹਾਲ ਆ ਆਪਾਂ ਵਿਹਲਿਆ ਆਹ ਹੌਲ ਆਉਂਦਾ ਤੋਕ ਲਾਉਣੀ ਜਿਹੜੇ ਖਾਦ ਪਾਉਂਦੇ ਆ ਉਹਨਾਂ ਦਾ ਕੀ ਬਣਦਾ ਠੰਡਾ ਠੁੰਡਾ ਪਿਲਾ ਦੇ ਇੱਕ ਵਾਰੀ ਪਰ ਤੋਕ ਲਾਉਣਾ ਨੂੰ ਲਿਆ ਦੇ ਇੱਕ ਵਾਰੀ ਠੰਡਾ ਠੁੰਡਾ ਚਿਲਡਮ ਚਿਲਡ ਲਿਆ ਦੇ ਪੂਰਾ ਗਰਮੀ ਬਹੁਤ ਆ ਮਿਲਦਾ ਸਭ ਕੁਛ ਮਿਲਦਾ ਹਾਂ ਇੱਥੇ ਨਾਲ ਹੀ ਲਾ ਦੇ ਤਾਰ ਕੋਲ ਆਪੇ ਪਰੇ ਖਿੱਚ ਕੇ ਲੈ ਆਣਗੇ ਬਾਅਦ ਚੋਂ ਇੱਥੇ ਲਾ ਤਾਰ ਦੇ ਕੋਲ ਲਾ ਦੇ ਜਿੰਨਾ ਲਾਉਣਾ ਦੋ ਪੈਕਟ ਹੀ ਆ ਸਲਫਰ ਦੇ ਆ ਦਵਾਈ ਆ ਦਵਾਈ ਵੀ ਲਾ ਦਵਾਈ ਪਾਉਣਾ ਇਹਨੂੰ 2.5 ਪੈਕਟ ਪਾਉਣੇ ਦਵਾਈ ਦੇ ਬਾਈ ਜੀ ਖਾਦ ਪਾਈ ਜਾਂਦੇ ਆ ਬੰਦੇ ਦੋ ਬੰਦੇ ਇੱਧਰ ਲੱਗੇ ਆ
ਤਿੰਨ ਚਾਰ ਬੰਦੇ ਦੂਜੇ ਸਾਈਡ ਲੱਗੇ ਲੱਗਣ ਉੱਧਰ ਲਾ ਕੇ ਆਇਆ ਖਾ ਦੋ ਉੱਧਰ ਉਹ ਪਰਲੇ ਪਲਾਟ ਨੂੰ ਉੱਧਰ ਇਕੱਲਾ ਸਲਫਰ ਹੀ ਪਾਉਣਾ ਆਪਾਂ ਤੇ ਇੱਧਰ ਨਾਲ ਦਵਾਈ ਪਾਉਣੀ ਆ ਉੱਧਰ ਵੱਖਰੇ ਲਾਏ ਆ ਉਹ ਝੋਨਾ ਛੋਟਾ ਹਾਲੇ ਉਹ 26 ਝੋਨਾ ਜੀ 110 ਆ ਵੱਡਾ ਇਹਨੂੰ ਦਵਾਈ ਪਾ ਦਿੱਤੀ ਆ ਗੋਭ ਵਾਲੀ ਸੁੰਡੀ ਸ਼ਿਕਾਇਤ ਬਹੁਤ ਆਉਂਦੀ ਆ ਪੱਤਾ ਲਵੇੜ ਦੀ ਵੀ ਹੁੰਦੀ ਪਈ ਆ ਗੋਭ ਵਾਲੀ ਸੁੰਡੀ ਦੀ ਵੀ ਹੁੰਦੀ ਪਈ ਮੈਂ ਕਿਹਾ ਪਾਈ ਦੀ ਆ ਕੰਮ ਵਿਹੜੀਏ ਖਾਦ ਪਾਉਣੀ ਆ ਉੱਦਾਂ ਆਪਾਂ ਕਾਫੀ ਸਾਲ ਹੋ ਗਏ ਬਾਈ ਜੀ ਆਪਾਂ ਹੁਣ ਦਵਾਈ ਵਾਲੀ ਪਾਉਂਦੇ ਨਹੀਂ ਦਾਣੇਦਾਰ ਥੱਲੇ ਦਵਾਈ ਆਪਾਂ ਹੁਣ ਸਪਰੇਅ ਕਰਾਈ ਦੀ ਆ ਪਰ ਐਤਕੀ ਮੂਡ ਬਣ ਗਿਆ ਮੈਂ ਕਿਹਾ ਐਤਕੀ ਦੇਖਦੇ ਹਾਂ ਹੁਣ ਫਿਰ ਕਹਿੰਦੇ ਬਹੁਤ ਵਧੀਆ ਦਵਾਈਆਂ ਆਈਆਂ ਹੋਈਆਂ ਜੀ ਮੈਂ ਕਿਹਾ ਦੇਖ ਲੈਂਦੇ ਐਤਕੀ ਪਾ ਕੇ ਓਕਲ ਤਿੰਨ ਬੋਰੇ ਲਾ ਦਿੱਤੇ ਆ ਦੋ ਪੈਕਟ ਸਲਫਰ ਦੇ ਆ ਸਲਫਰ ਦੋ ਪੈਕਟ ਹੀ ਪਾ ਦੀ ਦੋਨੋਂ ਖੱਤੇ ਨੂੰ ਖਾਦ ਭਾਵੇਂ 2.5 ਪੈ ਜਾਵੇ ਭਾਵੇਂ 3 ਪੈ ਜਾਵੇ ਦਵਾਈ 3 ਪੈਕਟ ਲਾ ਦਿੱਤੀ ਉਹ 2.5 ਪਾਉਣੀ ਆ ਪੈਕਟ 2.5 ਅੱਧਾ ਪੈਕਟ ਵਿੱਚੇ ਪਾ ਕੇ ਸਾਂਭ ਲਈ ਅੰਦਰ ਰੱਖੀ ਸਲਫਰ ਦੋ ਦਵਾਈ 2.5 ਤੇ ਖਾਦ ਭਾਵੇਂ 3 ਪੈ ਜਾਵੇ ਭਾਵੇਂ 2.5 ਪੈ ਦੀ ਹੁਣ ਬਾਈ ਜੀ ਆਪਾਂ ਪੱਠੇ ਲੋਡ ਕਰੀ ਜਾਂਦੇ ਹਾਂ ਸਵੇਰੇ ਸਵੇਰੇ ਮੈਨੂੰ ਇਹ ਡਿਊਟੀ ਹੁੰਦੀ ਆ ਪੱਠੇ ਲਿਆਉਣ ਦੀ ਸਵੇਰੇ ਉੱਠ ਕੇ ਹੋਰ ਕੋਈ ਕੰਮ ਨਹੀਂ ਬੋਲੋ ਪੱਠੇ ਲਿਆਉਣੇ ਹੁੰਦੇ ਆ ਪੱਠੇ ਅੱਜ ਇੱਧਰ ਮੁੱਕ ਗਏ ਅੱਜ ਲਾਸਟ ਦੇਣਾ ਇੱਧਰ ਫਿਰ ਉੱਧਰ ਘਰਾਂ ਦੇ ਲਾਗੇ ਹੀ ਆ ਪੱਠੇ ਉੱਥੋਂ ਵੱਢ ਲਿਆ ਕਰਨੇ ਰੋਜ਼ ਅੱਜ ਇੱਧਰ ਫਤਿਹ ਹੋ ਗਿਆ ਕੰਮ ਸਵੇਰੇ ਉੱਠ ਕੇ ਪਹਿਲੋਂ ਪੱਠੇ ਲੈ ਜਾਈਦੇ ਆ ਫਿਰ ਲੱਗੇ ਰਹੀਦਾ ਉੱਧਰ ਅੱਜ ਥੋੜ੍ਹਾ ਲੇਟ ਹੋ ਗਏ ਬੰਦਾ ਮੱਝਾਂ ਨੂੰ ਹੋਣ ਲੱਗ ਪਿਆ ਪਹਿਲੋਂ ਕਹਿੰਦਾ ਬਾਅਦ 'ਚੋਂ ਜਾਂਦੇ ਭਾਅ ਜੀ ਲੈਣ ਪੱਠੇ ਅੱਜ ਉੱਦਾਂ ਤੜਕੇ ਤੜਕੇ ਲੈ ਜਾਈਦੇ ਆ ਮੈਂ ਕਿਹਾ ਚੱਲ ਫਿਰ ਨਵਾ ਲਾ ਮੱਝਾਂ ਵੱਡੇ ਹੋਇਆ ਬਾਅਦ 'ਚ ਲਿਆਉਂਦੇ ਆ ਲੋਡ ਕਰਦਾ ਪਿਆ ਬਸ ਲੈ ਚੱਲੇ ਪੱਠੇ ਆਪਾਂ ਫਿਰ ਬਾਕੀ ਖਾਦ ਆ ਬਾਅਦ 'ਚੋਂ ਹਿਸਾਬ ਦਾ ਦੇ ਦੇ ਕਿੱਧਰ ਕਿੱਧਰ ਲਾਉਣੀ ਆ ਇੰਨੀ ਕੁ ਪਾਲਾਂ ਨੂੰ ਮੇਰੇ ਹਿਸਾਬ ਨਾਲ ਤਾਂ ਇਹੀ ਪੈਣੀ ਆ 6 ਪਹਿਲਿਆਂ ਨੂੰ ਗਰਮੀ ਹੋ ਜਾਣੀ ਹੁਣ ਬਾਕੀ ਛਾਂ ਨੂੰ ਪਾਉਣਗੇ ਲੱਗਦਾ ਕੋਈ ਨਹੀਂ ਛਾਂ ਨੂੰ ਪੈ ਜੂ ਆਪਾਂ ਕਾਹਲੀ ਵੀ ਨਹੀਂ ਕਰੀ ਦੀ ਆਰਾਮ ਨਾਲ ਪਾਈ ਜਾਣ ਇਹਨਾਂ ਨੇ ਪਾਉਣੀ ਆ ਕੁਛ ਅੱਜ ਪੈ ਜੂ ਕੁਛ ਕੱਲ੍ਹ ਪੈ ਜੂ ਹੌਲੀ ਹੌਲੀ ਕਰਕੇ ਸਾਰੀ ਪੈ ਜਾਣੀ ਕਾਹਲੀ ਕਾਹਦੀ ਆ ਗਰਮੀ ਵੀ ਬਹੁਤ ਸਿਰੇ ਦੀ ਹੋਈ ਪਈ ਆ ਹੁਣ ਹੁੰਮਸ ਪਰਸੋਂ ਚੌਥ ਦੀ ਇੰਨੀ ਕੁ ਜ਼ਿਆਦਾ ਹੋਈ ਨਾ ਹੁੰਮਸ ਬਹੁਤ ਹੁੰਮਸ ਹੋਈ ਪਈ ਆ ਹੁਣ ਤਾਂ ਮੀਂਹ ਪੈ ਜਾਵੇ ਬਸ ਫਿਰ ਹੀ ਸੁੱਖ ਦਾ ਸਾਹ ਆਉਣਾ ਇਹ ਸਾਰਿਆਂ ਨੂੰ ਪਾਣੀ ਲਾ ਦੇਣਾ ਮਿੱਠੂ ਫਿਰ ਫੁੱਟ ਜਾਣਗੇ ਚੰਗੀ ਤਰ੍ਹਾਂ ਫਿਰ ਆਪਾਂ ਪਾਣੀ ਸਾਰੇ ਪੱਠਿਆਂ ਨੂੰ ਲਾਉਣਾ ਅਜੀਤ ਨੂੰ ਕਹਿਣਾ ਮੋਟਰ ਚੱਲੂ ਭਾਗ ਦੂਗਾ ਆਪੋ ਵੱਢ ਕੇ ਫਿਰ ਫੁੱਟ ਪੈਣਗੇ ਹਾਂਜੀ ਵੀਰ ਜੀ ਇੱਧਰ ਆਏ ਅੱਜ ਆਪਾਂ ਥੱਲੇ ਖਾਦ ਪਾਉਣ ਇਹ ਆਪਣੇ ਹੈਗੇ ਸਭ ਤੋਂ ਨੀਵੇਂ ਵਾਲੇ ਖੱਤੇ ਆਹ ਜਿਹੜਾ ਪਲਾਟ ਸਾਰਾ ਉੱਪਰਲਾ ਅਤੇ ਜ਼ਿਆਦਾ ਮੀਂਹ ਪੈ ਰਿਹਾ ਸਾਰਾ ਪਾਣੀ ਇਸੇ ਖੱਤਿਆਂ 'ਚ ਹੀ ਹੁੰਦਾ ਜੀ ਇਹਨਾਂ 'ਚ ਅੱਜ ਆਏ ਹੁਣ ਆਪਾਂ ਇੱਥੇ ਕਰਨ ਲੱਗੇ ਸ਼ੁਰੂ ਤੋਂ ਹੁਣ ਹਵਾ ਹੈਗੀ ਆ ਠੰਡੀ ਜੀ ਤਾਂ ਮੀਂਹ ਦਾ ਪਤਾ ਨਹੀਂ ਆਉਂਦਾ ਕਿ ਨਹੀਂ ਹੁੰਦਾ ਹਵਾ ਤਾਂ ਰੱਬ ਨੇ ਛੱਡੀ ਆ ਠੰਡੀ ਜੀ ਹੁਣ ਟਾਈਮ ਹੋ ਗਿਆ ਸ਼ਾਮ ਦੇ 6 ਵੱਜ ਚੱਲਿਆ ਵੱਜੇ ਨਹੀਂ ਹਲੇ ਵੱਜ ਜਾਣਗੇ ਇਹ 26 ਝੋਨਾ
ਲੰਬੀ ਝੋਨਾ ਹੈ ਜੀ, ਆ ਸਭ ਤੋਂ ਲੇਟ ਆ ਕੁਦਰ ਜੀ ਲਾਈ ਸੀ। ਚਲੋ ਤੁਰ ਪਿਆ ਤਾਂ ਝੋਨਾ ਵਧੀਆ ਜੀ, ਕੁਦਰ ਜੀ ਵੀ ਝੋਨਾ 26 ਤਾਂ ਵਧੀਆ ਤੁਰਿਆ ਹਾਂ ਲਾਹ ਤੇ ਆ, ਅਤੇ ਮੁੰਡੇ ਇੱਧਰ ਪਾ ਦੇਣਗੇ, ਬਾਕੀ ਉੱਧਰ ਚੱਲਦੇ ਹਾਂ 110 ਨੂੰ ਪਾਉਂਦੇ ਆ ਖਾਦ, ਉਹ ਵੀ ਦੇਖਦੇ ਹਾਂ ਕੀ ਕਰਦੇ ਪਏ ਆ। ਕਰਦਾ ਹੈ ਨੀ ਗੀ ਤੇ ਇੱਥੋਂ ਕੋਈ ਕੱਚ ਕੁਚ ਜਿਹਾ ਲੈ ਲਾ ਹੋਣਾ ਚੀਰ ਲਾ, ਬਸ ਦੇਖ ਟੋਲ 'ਚ ਕੋਈ ਤਿੱਖੀ ਚੀਜ਼ ਪਈ ਨਹੀਂ ਕੋਈ ਵੀ, ਲਿਫਾਫਾ ਨਹੀਂ ਉਹ ਲਿਫਾਫਾ ਪਾੜਨਾ ਪੈਣਾ, ਗਲਤ ਲਿਫਾਫੇ ਦੀ ਆ। ਪੇਚ ਕੱਸ ਪਿਆ, ਪੇਚ ਕੱਸ ਨਾ ਹੋ ਜੂ ਸੰਜੀਤ, ਐਨਾ ਪੇਕਾ ਫੜ ਪੇ ਇਹ ਲੈ ਤੇ ਜਾਂ ਦੇ ਪੇਕਾ ਦੇ ਉਹਨੂੰ, ਪੇਚ ਕੱਸ ਨਾ ਚੀਰ ਦੇ ਸਾਈਡ ਤੋਂ, ਅੰਦਰ ਵੀ ਕਾਲਾ ਲਿਫਾਫਾ ਨਾ ਉਹਦੇ, ਕਾਲਾ ਲਿਫਾਫੇ 'ਚ ਵੀ ਉਹ ਚੀਰ ਲੱਗਦਾ ਜੀ। ਚਲੋ ਬਾਹਰਲਾ ਪਾੜਦਾ ਮੁੜ ਕੇ ਕਾ ਵਿੱਚ ਲਾ ਧਿਆਨ ਨਾਲ, ਇੱਦਾਂ ਡੁੱਲ ਨਾ ਜਾਵੇ, ਇੱਦਾਂ ਅੰਦਰ ਵਾਲੇ 'ਚ ਵੀ ਫੇਰ ਲਾ ਪੇਚ ਕਾ ਹੀ ਪਰ ਹਵਾ ਠੰਡੀ ਆ ਗਈ ਦੇਖ ਲਾ, ਆ ਕਿਤੇ ਪੈ ਗਿਆ ਮੀਂਹ, ਹਵਾ ਠੰਡੀ ਆਈ ਨਾ, ਕਿਤੇ ਪਿੱਛੇ ਪੈ ਗਿਆ ਜਲੰਧਰ ਵਾਲੀ ਸਾਈਡ ਤੇ ਕਿਤੇ, ਨਹੀਂ ਹੁਣੇ ਇੰਨਾ ਲੂਹਾ ਲਾਇਆ ਸੀ ਦੇਖ ਲਿਆ ਇੱਕ ਮਿੰਟ ਜੀ, ਦੇ ਲਾਵਾ ਠੰਡੀ ਕਰਤੀ ਰੱਬ ਨੇ, ਤੈਨੂੰ ਕਿੰਨਾ ਪਸੀਨਾ ਸੁੱਕ ਗਿਆ ਪਰਤਣਾ ਵਾਲੀ ਗੱਲ ਸਾਰੀ, ਮੀਂਹ ਵੀ ਆ ਕਿਤੇ ਨਾ ਕਿਤੇ ਮੀਂਹ ਪੈ ਜਾਂਦਾ ਉਦੋਂ ਸਹੀ ਹੋ ਜਾਂਦਾ ਮੌਸਮ, ਮਨਾ ਲਓ ਸਿਰ ਤੋਂ ਮਿਲਾ ਕੇ, ਮੰਗਲਾ ਆਇਆ ਨਹੀਂ ਉੱਥੋਂ, ਇਹ ਲੈਣ ਕੀ ਗਿਆ ਵਾ, ਕੰਮ ਦੇ ਟਾਈਮ ਹੀ ਭੱਜ ਪੈਂਦਾ ਹੈ। ਇੱਕ ਬੋਰਾ ਟਰਾਲੀ ਪਿਆ ਕਰ ਤੱਕ, ਦੋ ਥੋੜੋ ਇੱਕ ਆ, ਦੋ ਪਏ ਆ ਫਿਰ ਸਰ ਜਾਣਾ ਪਾਰ ਵੀ, ਚਲੋ ਇਹ ਪਾਓ ਪਹਿਲੋਂ ਕੋਈ ਨੀ, ਉੱਥੇ ਹੀ ਆ ਮੈਂ ਦੱਸਦੀ ਕਿੱਦਾਂ ਦੱਸ ਦਿਓ ਮੈਨੂੰ ਫਲਾ ਦੂੰਗਾ, ਅਰੇ ਉੱਧਰ ਜਾਂਦੇ ਮੈਂ ਕਿਹਾ ਲਾ ਕੇ ਲਈ ਉਹ ਵੀ, ਚੱਲ ਦੇ ਦਿਆ ਉਹ ਕੋਈ ਨਾ ਫੇਲ ਆਇਆ, ਪਹਿਲੋਂ ਨੀ ਪੈ ਲੈਂਦੇ ਨੀ ਹੈਂ, ਮੈਂ ਪਾਣੀ ਲਿਆਂਦਾ ਨੀ ਮੈਂ ਤਾਂ ਹੀ ਤੈਨੂੰ ਪੁੱਛਣ ਦਿਆ ਵਾ, ਇੱਥੋਂ ਘਰੋਂ ਫੜ ਲਾ ਫਿਰ ਪਾਣੀ, ਇੱਥੋਂ ਫੜ ਲਾ ਇਹਨਾਂ ਕੋਲੋਂ, ਇਹ ਬੋਤਲ 'ਚ ਪਾ ਲਿਆ ਇੱਥੋਂ ਦੇਖ ਕੇ ਯਾਰ, ਉਹ ਫੈਕਟਰੀ ਬਾਹਰ ਲੱਗਾ ਟੂਟੀ ਉੱਥੋਂ ਪਾ ਲਿਆ ਉੱਥੋਂ, ਹੈਂ ਹੈਗੀ ਹੈ ਬੋਤਲ, ਜਾ ਤੇਜੇ ਉੱਥੋਂ ਭਰ ਕੇ ਲਿਆ ਢਾਬੇ ਤੋਂ, ਜਾ ਆਹ ਢਾਬੇ ਤੋਂ ਲਿਆ ਟੂਟੀ ਲਗਾਏਗਾ, ਹੈਗੀ ਤਾਂ ਇਹਨਾਂ ਦੇ ਵੀ ਆ, ਕੁੱਤਾ ਤਾਂ ਬੰਨਿਆ ਉਹਦਾ, ਇਹ ਤਾਂ ਕਮਾਂਡੋ ਸੀਗਾ, ਪਾਣੀ ਕਿੱਧਰ ਚਲ ਗਿਆ, ਜਾਂ ਤਾਂ ਆਵਾਜ਼ ਮਾਰ ਲਓ ਮਾੜੀ ਕਮਾਂਡੋ ਨੂੰ ਕਿ ਪਾਣੀ ਪਾ ਦੇ ਬੋਤਲ ਯਾਰ, ਖਾਦ ਕਿਲੀ ਕਰਨੀ ਆ, ਉਹ ਕਿੱਥੇ ਜਾਊਗਾ ਇਕੱਲਾ ਆਵਾਜ਼ ਮਾਰਦੇ ਅੰਦਰ ਗਿਆ ਕਮਾਂਡੋ, ਉਹ ਕਮਾਂਡੋ ਹੁਣ ਹੀ ਬੋਲਦਾ, ਜਾ ਜਾ ਤੇਜਾ ਲਿਆ ਉੱਥੋਂ ਲਿਆ, ਉੱਥੇ ਟੂਟੀ ਲਗਾ ਉਹਦੇ ਉੱਥੋਂ ਲਿਆ, ਪਰ ਧਿਆਨ ਨਾ ਜਾਈ ਸੜਕ ਸੁੜਕ ਦੇਖ ਕੇ ਨੰਗੀ ਓਏ, ਆ ਬਾਈ ਜੀ ਆਪਣਾ ਵੱਡਾ ਪਲਾਟ ਸਾਰਿਆਂ ਨੂੰ, ਇਹਨੂੰ ਪੈ ਰਹੀ ਆ ਖਾਦ, ਹੁਣ ਵੱਡੇ ਪਲਾਟ ਨੂੰ ਮੈਂ ਕਿਹਾ ਨਾਲ ਹੀ ਪਾ ਦਈਏ, ਪਹਿਲੋਂ ਪੱਠੇ ਸੀਗੇ ਫਿਰ ਪੱਠੇ ਬੀਜਣ ਦਾ ਇਰਾਦਾ, ਮੈਂ ਕਿਹਾ ਨਹੀਂ ਤਾਂ ਝੋਨਾ ਹੀ ਲਾਉਂਦੇ ਹਾਂ, ਘਾਹ ਸੀਗਾ ਬਹੁਤ ਜ਼ਿਆਦਾ ਇਹਦੇ 'ਚ,
ਪੱਠਿਆਂ ਦਾ ਕਰਕੇ ਨਾਲੇ ਬੰਨੇ ਬੁੰਨੇ ਸਵਾਰੇ ਗਏ ਸਾਰੇ ਅਤੇ ਐਤਕੀ ਇਹ 'ਚ ਵੀ ਲਾਤਾ ਝੋਨਾ ਆਪਾਂ ਦੋ ਬੰਦੇ ਉੱਧਰ ਪਾਉਂਦੇ ਆ ਉਹ ਵਾਲੇ ਖੱਤੇ ਨੂੰ ਦੋ ਜਣੇ ਲੱਗੇ ਹੋਏ ਉੱਧਰ ਬੱਦਲ ਬਹੁਤ ਚੜਿਆ ਸੀ ਬਾਈ ਜੀ ਪਰ ਮੀਂਹ ਨਹੀਂ ਪਿਆ ਬੜੀ ਹਵਾ ਵੀ ਠੰਡੀ ਠੰਡੀ ਆਈ ਬੱਦਲ ਵੀ ਪੂਰਾ ਹੁਣ ਵੀ ਬੱਦਲ ਹੈਗਾ ਹਾਲੇ ਦੇਖੋ ਬੱਦਲ ਤਾਂ ਹੁਣ ਵੀ ਹੈਗਾ ਪਰ ਮੀਂਹ ਨਹੀਂ ਪਿਆ ਬੂੰਦ ਵੀ ਚਾਰ ਕੁ ਕਣੀਆਂ ਦੁਪਹਿਰੇ ਪਾ ਕੇ ਲੂਹਾ ਲਾਤਾ ਰੱਬ ਨੇ ਚੰਗੀ ਤਰ੍ਹਾਂ ਤਸੱਲੀ ਹੋਈ ਹੋਵੇ ਰੱਬ ਉਹਨੂੰ ਕਰੇ ਤਸੱਲੀ ਮੀਂਹ ਨਾ ਪਏ ਹੁੰਦਾ ਮਜ਼ਾ ਮਾੜੀ ਮੋਟੀ ਸੜਕ ਸ਼ਾਮ ਨੇ ਇੱਥੇ ਕੀ ਕਰਨਾ ਉਹਨਾਂ ਤਾਂ ਪੈਲੀ ਪਿੱਲੋ ਸੜੀ ਪਈ ਜ਼ਮੀਨ ਉਹ ਦੁਸਾਰ ਨਹੀਂ ਮੱਠਾ ਆਉਂਦਾ ਤਾਂ ਹੋਰ ਪੜਾਸ ਮਾਰਦੀ ਜ਼ਮੀਨ ਬਹੁਤ ਜ਼ਿਆਦੀ ਪੜਾਸ ਇੰਨੀ ਜ਼ਿਆਦੀ ਵੱਜਦੀ ਗੱਲ ਛੱਡ ਦਿਓ ਬਾਈ ਜੀ ਹੁਣ ਆਹ ਵਾਲੇ ਝੋਨੇ ਨੂੰ ਦੂਸਰੀ ਖਾਦ ਵਾਲੇ ਪੈ ਰਹੀ ਆਪਣੇ ਦਸ ਕੁ ਦਿਨ ਹੋ ਗਏ ਇਹਨੂੰ ਦੋ ਵਾਰੀ ਪੈ ਗਈ ਆ ਅਤੇ ਇੱਕ ਅੱਧੀ ਵਾਰੀ ਹੋਰ ਪਾ ਦਾਂਗੇ ਇਹਨੂੰ 26 ਝੋਨਾ ਜੀ ਅੱਗੇ ਤਾਂ ਪੱਤੇ ਇੰਨਾ ਕੁ ਬੋਰੇ ਪਾਈਦੇ ਆ ਤਾਂ ਐਤਕੀ ਦੇਖਦੇ ਹਾਂ ਕੀ ਹਿਸਾਬ ਕਿਤਾਬ ਆ ਅੱਗੇ ਦੋ ਕੁ ਸਾਲਾ ਪੱਤੇ ਤਿੰਨ ਬੋਰੇ ਪਾਈਦੇ ਬਸ ਵਧੀਆ ਹੋ ਜਾਂਦਾ ਤਿੰਨ ਆਉਣਾ ਜੀ ਬਾਕੀ ਹੁਣ ਐਤਕੀ ਗਰਮੀ ਗੁਰਮੀ ਜ਼ਿਆਦੀ ਆ ਤਾਂ ਐਤਕੀ ਦੇਖਦੇ ਹਾਂ ਅੱਗੇ ਤਾਂ ਮੀਂਹਾਂ ਨਾਲ ਝੋਨੇ ਬਣ ਜਾਂਦੇ ਸੀਗੇ ਐਤਕੀ ਮੀਂਹਾਂ ਨਾਲ ਬਣਨ ਦੇ ਕੋਈ ਚਾਂਸ ਨਹੀਂ ਗਏ ਜੀ ਇੰਨੀ ਔੜ ਲੱਗੀ ਪਈ ਆ ਪਾਣੀ ਵੀ ਘੱਟ ਮਿਲਦਾ ਝੋਨੇ ਨੂੰ ਗਰਮੀ ਝੋਨਾ ਖੁੱਲ੍ਹ ਕੇ ਤੁਰੇ ਨਹੀਂ ਪੂਰੇ ਝੋਨੇ ਠੰਡਾ ਮੌਸਮ ਝੱਟ ਬੂਟੇ ਹਰੇ ਹੋ ਜਾਂਦੇ ਠੰਡੇ ਮੌਸਮ 'ਚ ਤਾਂ ਜਿਹੜਾ ਦਾਣਾ ਲਾ ਉਹ ਨਾਲ ਹੀ ਹਰਾ ਹੋ ਜਾਂਦਾ ਠੰਡੇ ਮੌਸਮ ਵਿੱਚ ਗਰਮੀ 'ਚ ਸੜ ਸੜ ਕੇ ਹਰਾ ਹੋਇਆ ਝੋਨੇ ਦੇ ਬੂਟੇ ਸਾਰੇ ਚਲੋ ਹੁਣ ਦੇਖਦੇ ਹਾਂ ਉੱਧਰ ਹੀ ਆ ਕੇ ਆਹ ਪਲਾਟ ਨੂੰ ਪੈ ਗਈ ਆ ਵੀਰ ਦੀ ਦਵਾਈ ਵੀ ਪਾਤੀ ਆ ਸਲਫਰ ਵੀ ਪਾਤਾ ਤੇ ਬੋਰਾ ਬੋਰਾ ਯੂਰੀਆ ਵੀ ਪਾਤੀ ਆ ਇੱਧਰ ਵੀ ਪੈ ਗਈ ਆਹ ਪਲਾਟ ਵੀ ਸਾਰੇ ਨੂੰ ਪੈ ਗਈ ਆ ਜਿਹੜਾ 25 ਦਿਨਾਂ ਝੋਨਾ ਹੋਇਆ ਉਹਨੂੰ ਪਾਤੀ ਆ ਸਾਰੇ ਬਾਕੀ ਬਾਅਦ 'ਚੋਂ ਦੇਖਾਂਗੇ ਜੀ ਇਹਨਾਂ ਨੂੰ ਪੈ ਗਈ ਆ ਆਹ ਚਰੀ ਆ ਉਦਣ ਜਿਹੜੀ ਚਰੀ ਬੀਜਦੇ ਸੀ ਛੋਟੇ ਟਰੈਕਟਰ ਨਾਲ ਚਰੀ ਵੀ ਆਪਣੀ ਸੋਹਣੀ ਉੱਗੀ ਪਈ ਆ ਹਰਿਆਈ ਮਾਰਨ ਦੀ ਚਰੀ ਐਤਕੀ ਮੀਂਹ ਨਹੀਂ ਪਿਆ ਕੇ ਮੀਂਹ ਪੈ ਰਹੇ ਫਿਰ ਵਿੱਚੇ ਖਰਾਬ ਜਿਹੀ ਹੋ ਜਾਂਦੀ ਚਰੀ ਤਾਂ ਵਧੀਆ ਹਰਿਆਈ ਮਾਰਨ ਦੀ ਐਨ ਵਧੀਆ ਉੱਗ ਵੀ ਇਹ ਲੋਂ ਵਾਲੀ ਚਰੀ ਆ ਜੀ ਚਾਰ ਚਾਰ ਲੋ ਦੇ ਜਾਂਦੀ ਵਧੀਆ ਹੈ ਅਤੇ ਨਿੱਸਰ ਦੀ ਵੀ ਨਹੀਂ ਪੱਕ ਦੀ ਵੀ ਨਹੀਂ ਹੈ ਉਹਦੇ ਜਾਂਦਾ ਮੋਟਰਸਾਈਕਲ ਗੱਡੀ 'ਤੇ ਜਾਂਦਾ ਮੁੰਡਾ ਕੰਮ ਗਿਆ ਨਿਬੜ ਹੋਰ ਦੇਖਦੇ ਲੱਗਿਆ ਖਾਦ ਨੂੰ ਇੱਕ ਵਾਰੀ ਹੁਣ ਪੈ ਗਈ ਆ ਸਾਰੇ ਹੀ ਖਾਦ ਜਿਹੜਾ ਬਾਹਲਾ ਲੇਟ ਆ ਉਹ ਰਹਿ ਗਿਆ ਉਹਨੂੰ ਹਲੇ ਦੋਵਾਂ ਤਿੰਨਾਂ ਦਿਨਾਂ ਤੱਕ ਪਾਵਾਂਗੇ ਹਲੇ ਉਹਨੂੰ ਇੱਧਰ ਨਿਬੇੜਤਾ ਕੰਮ ਆਪਾਂ ਸਾਰੇ ਪਲਾਟਾਂ ਦਾ ਜੀ ਅੱਜ